ਜਦੋਂ ਸਿੱਖ ਪ੍ਰਾਰਥਨਾ ਕਰਕੇ ਟਿਕਾਉ ਵਿੱਚ ਆਉਂਦਾ ਹੈ ਸਤਿਗੁਰੂ ਕੀ ਕਹਿੰਦੇ ਸੁਣ ਲਈ ਤਿਆਰ ਹੁੰਦਾ ਹੈ ਫਿਰ ਗੁਰੂ ਬਚਨ ਸੁਣਾਉਂਦੇ ਨੇ ਉਹ ਪਾਵਨ ਤੇ ਪਵਿੱਤਰ ਬਚਨ ਤਨ ਤਨ ਸਤਿਗੁਰੂ ਅਮਰਦਾਸ ਮਹਾਰਾਜ ਸੋਰਠ ਰਾਗ ਦੇ ਅੰਦਰ ਆਪਣੀ ਜ਼ੁਬਾਨੇ ਪਾਤ ਤੋਂ ਬਚਨਾਂ ਨੂੰ ਉਚਾਰਨ ਕਰਦੇ ਨੇ ਇਹ ਮੁਬਾਰਕ ਬਚਨ ਸਤਿਗੁਰੂ ਜੀ ਨੇ ਪਹਿਲੇ ਸੁਰ ਤਾਲ ਦੇ ਅੰਦਰ ਪਹਿਲੇ ਘਰ ਦੇ ਅੰਦਰ ਉਚਾਰੇ ਨੇ ਤੇ ਤਿੰਨ ਤਿੰਨ ਤੋਕਾਂ ਨੇ ਸ਼ਬਦ ਦਿਆਂ ਬੋਲ ਦਿਆਂ ਤੇ ਤੁਕੀ ਤਿੰਨ ਤਿੰਨ ਤੁਕਾਂ ਵਾਲੇ ਬੋਲ ਨੇ ਮਹਾਰਾਜ ਦੇ ਉਸ ਪਰਮ ਪਿਤਾ ਪਰਮਾਤਮਾ ਦੇ ਹਜ਼ੂਰ ਅਰਜ਼ੋਈ ਕੀਤੀ ਅ ਸਾਡੀ ਬਾਹਮ ਪਕੜੋ ਅ ਸਾਨੂੰ ਬਚਾਵੋ ਪ੍ਰਭੂ ਦੇ ਹਜ਼ੂਰ ਹੁਣ ਬਿੰਤੀਆਂ ਸਭ ਕਰਦੇ ਨੇ ਤੇ ਕਈ ਬਿੰਤੀਆਂ ਕਰਦੇ ਹੋਏ ਰੌਲਾ ਪਾਉਂਦੇ ਬਚਾਓ ਬਚਾਓ ਤਾਂ ਵੀ ਉਹਨਾਂ ਦਾ ਬਚਾਓ ਨਹੀਂ ਹੋ ਰਿਹਾ ਉਹਨਾਂ ਦਾ ਨੁਕਸਾਨ ਨਹੀਂ ਹੋ ਰਿਹਾ ਕੁਝ ਉਹ ਨੇ ਜਿਨ੍ਹਾਂ ਨੇ ਪ੍ਰਭੂ ਨੂੰ ਕੇਵਲ ਇੱਕੋ ਵਿਰ ਪੁਕਾਰਿਆ ਕੁਝ ਉਹ ਨੇ ਜਨਾ ਪੁਕਾਰਿਆ ਵੀ ਨਹੀਂ ਹੈ ਪ੍ਰਭੂ ਉਹਨਾਂ ਦੀ ਮਦਦ ਤੇ ਆ ਗਿਆ ਹੈ ਜਦੋਂ ਪ੍ਰਭੂ ਮਦਦ ਤੇ ਆਇਆ ਫਿਰ ਪ੍ਰਭੂ ਨੇ ਆ ਕਰਕੇ ਉਹ ਤਸ਼ੱਦਤਕਾਰੀਆਂ ਦਾ ਬੁਰਾ ਹਾਲ ਕੀਤਾ ਜਿਹੜਾ ਪ੍ਰਭੂ ਮਦਦ ਤੇ ਆਉਂਦਾ ਉਹ ਕੋਈ ਰੂਪ ਧਾਰਨ ਕਰਕੇ ਵੀ ਆ ਸਕਦਾ ਹੈ ਜ਼ਰੂਰੀ ਨਹੀਂ ਹੈ ਕਿਸ ਰੂਪ ਵਿੱਚ ਵੀ ਆਵੇ ਉਹਨੇ ਦੇਖਣਾ ਹੈ ਕਿਹੜੀ ਜਗ੍ਹਾ ਤੇ ਕਿਸ ਤਰ੍ਹਾਂ ਮੈਂ ਆਪਣੇ ਪਿਆਰੇ ਨੂੰ ਬਚਾਉਣਾ ਹੈ ਕਿਸ ਤਰ੍ਹਾਂ ਦਾ ਰੂਪ ਧਾਰਨ ਕਰਨਾ ਹੈ ਉਸ ਮਾਲਕ ਦਾ ਵਿਚਾਰ ਖਿਆਲ ਉਹ ਜੈਸੀ ਜੈਸੀ ਮਰਜ਼ੀ ਆਵੇ ਅਨਕ ਰੂਪ ਤੇਰੇ ਨਾਰਾਇਣਾ ਉਹ ਜੋ ਮਰਜ਼ੀ ਰੂਪ ਧਾਰਨ ਕਰਕੇ ਆਵੇ ਪਰ ਪਿਆਰੇ ਨੂੰ ਬਚਾਉਂਦਾ ਹੈ ਜਿਹੜਾ ਸਰਬ ਕਾਇਨਾਤ ਦੇ ਅੰਦਰ ਇੱਕ ਹੈ ਅਨੇਕਤਾ ਵਿੱਚ ਨਦਰ ਆਉਂਦਾ ਹੈ ਉਹ ਪਰਿਪੂਰਨ ਪਰਮਾਤਮਾ ਅਨੇਕ ਨਹੀਂ ਹੈ ਇਕ ਤੇ ਉਸੇ ਦਾ ਮੰਗਲ ਕਰਦੇ ਆ ਮਹਾਰਾਜ ਕਿਰਪਾ ਕਰਦੇ ਇਕ ਓੰਕਾਰ ਪਰਿਪੂਰਨ ਪਰਮਾਤਮਾ ਵੈਗੁਰੂ ਇੱਕ ਅਦੁੱਤੀ ਹੈ ਜਿਸ ਵਰਗਾ ਦੂਜਾ ਕੋਈ ਨਹੀਂ ਜਿਨੂੰ ਮਹਾਰਾਜ ਕਹਿੰਦੇ ਆ ਤੁੱਦ ਬਿੰਦੂ ਜਾ ਨਹੀਂ ਕੋਏ ਤੂੰ ਕਰਤਾਰ ਕਰੇ ਸੋ ਹੋਏ ਤੇਰਾ ਜੋਰ ਤੇਰੀ ਮਾਨ ਟੇਕ ਸਦਾ ਸਦਾ Jap ਨਾਨਕ ਏਕ ਜਿੰਨੂੰ ਇਹ ਵੀ ਮਹਾਰਾਜ ਕਹਿੰਦੇ ਹਰ ਏਕ ਸਿਮਰ ਏਕ ਸਿਮਰ ਏਕ ਸਿਮਰ ਪਿਆਰਿਓ ਇਕ ਤੇ ਵੀ ਬਚਨ ਕਰਦੇ ਨੇ ਪਾਤਸ਼ਾਹ ਦੂਜਾ ਕਾਹੇ ਸਿਮਰੀਏ ਜੋ ਜਮਾਤੈ ਮਰਦਾਏ ਇੱਕੋ ਸਿਮਰਹੁ ਨਾਨਕ ਜੋ ਜਲ-ਥਲ ਰਹਾ ਸਮਾਏ ਉਹ ਇੱਕ ਜਿਹੜਾ ਏਕਵਾਵੇ ਤੇ ਸਭ ਕੁਛ ਹੋਆ ਜਿਹਦਾ ਉਹ ਇੱਕ ਏ ਇੱਕ ਤੋਂ ਪਸਾਰਾ ਪਸਰਿਆ ਹੈ ਇੱਕ ਦੀ ਗਿਣਤੀ ਕਿਸੇ ਬਾਦਸ਼ਾਹ ਅੰਦਰ ਵੀ ਗਿਨੋਂਗੇ ਇੱਕ ਤੋਂ ਪਹਿਲਾਂ ਕੁਝ ਨਹੀਂ ਹੈ ਉਹਨੂੰ ਤੁਸੀਂ ਪੰਜਾਬੀ ਚ ਬੋਲੋਗੇ ਇੱਕ ਕੇ ਔਰ ਇੰਗਲਿਸ਼ ਵਾਲੇ ਵੀ ਉਨ 1 ਕਹਿ ਲੈਣਗੇ ਕੋਈ ਉਹਨੂੰ ਕਿਸੇ ਹਿਸਾਬ ਨਾਲ ਕਹਿਣਗੇ ਕੋਈ ਕਿਸੇ ਨਾ ਕਹਿਣਗੇ ਮਹਾਰਾਜ ਸੱਚੀ ਪਰਸ਼ਾ ਕਹਿੰਦੇ ਪਰ ਮਤਲਬ ਇੱਕ ਦਾ ਇੱਥੇ ਗਣਿਤ ਵਾਲਾ ਏਕਾ ਹੈ ਜਿਹੜਾ ਕਿਸੇ ਅੱਖਰ ਦਾ ਮੁਥਾਜ਼ ਨਹੀਂ ਆਪਣੇ ਆਪ ਵਿੱਚ ਮੁਕਮਲ ਏ ਉਹ ਇੱਕ ਪਰਮਾਤਮਾ ਵਹਿਗੁਰੂ ਜਿਹੜਾ ਹੈ ਉਹ ਕਿਸੇ ਦਾ ਮੋਥਾਦ ਨਹੀਂ ਉਹ ਆਪਣੇ ਆਪ ਵਿੱਚ ਮੁਕੰਮਲ ਹੈ ਜਿੰਨੀ ਕੁੱਲ ਕਾਇਨਾਤ ਦੀ ਗਿਣਤੀ-ਮਿੰਤੀ ਆ ਉਹ ਸ਼ੁਰੂਆਤ ਉਹਦੀ ਇੱਕ ਤੋਂ ਹੋਵੇਗੀ ਤੇ ਇੱਕ ਤੋਂ ਪਹਿਲਾਂ ਕੁਝ ਨਹੀਂ ਹੈ ਇੱਕ ਤੋਂ ਪਹਿਲਾਂ ਕੁਝ ਵੀ ਨਹੀਂ ਦੇਖ ਗਿਣਤੀ ਕਰਨ ਵਾਲੇ ਨੂੰ ਕਹੀਏ ਇੱਕ ਤੋਂ ਪਹਿਲਾਂ ਗਿਣ ਕਹੇ ਗਏ ਦੂ ਪਹਿਲਾਂ ਕੁਝ ਨਹੀਂ ਹੈ ਗਿਣਤੀ ਸ਼ੁਰੂ ਇੱਥੋਂ ਨਹੀਂ ਹੈ ਇਸ ਕਰਕੇ ਪਰਮਾਤਮਾ ਇਕ ਹੈ ਪਰਮਾਤਮਾ ਤੋਂ ਪਹਿਲਾਂ ਕੱਖ ਨਹੀਂ ਜੋ ਕੋ ਦੇ ਜਿੰਨੀ ਗਿਣਤੀ ਹੈ 99 ਕਹਿ ਲਓ ਭਾਵੇਂ ਲੱਖ ਕਹਿ ਲਓ ਭਾਵੇਂ 50 ਲੱਖ ਕਹਿ ਲਓ ਭਾਵੇਂ ਅਰਬਾਂ ਕਰਬਾਂ ਕਰ ਲਓ ਉਹ ਇੱਕ ਤੋਂ ਬਾਅਦ ਹੀ ਹੈ ਬਾਕੀ ਇੱਕ ਤੋਂ ਬਾਅਦ ਹੀ ਹੈ ਜਿੰਨੀ ਕਾਇਨਾਤ ਹੈ ਚਾਰ ਖਾਨੀਆਂ ਦੁਆਰਾ ਜਿੰਨੀ ਪੁਦਾਇਸ਼ ਹੈ ਸਾਰੀ ਇੱਕ ਪਰਮਾਤਮਾ ਤੋਂ ਬਾਅਦ ਹੈ ਉਹ ਜਿਹੜਾ ਇੱਕ ਪਰਮਾਤਮਾ ਉਸ ਏਕੇ ਕਾ ਜੇ ਕੋ ਜਾਣੇ ਜੇ ਕੋ ਉਹਦਾ ਭੇਦ ਸਮਝ ਲਾਏ ਵੀ ਮੈਂ ਤਾਂ ਉਸ ਇੱਕ ਨੂੰ ਜਪਣਾ ਅਰਾਧਨਾ ਜੁੜਨਾ ਉਹਦੇ ਤੱਕ ਪਹੁੰਚਣਾ ਹੈ ਜਿਨੇ ਸਭ ਕੁਛ ਬਣਾਇਆ ਹੈ ਮਹਾਰਾਜ ਕਹਿੰਦੇ ਹੋ ਇੱਕ ਹੈ ਮੁਕਮਲ ਹੈ ਬਾਕੀ ਸਭ ਉਹਦੇ ਬਣਾਏ ਨੇ ਪਰ ਉਹਨੂੰ ਕਿਸੇ ਨੇ ਨਹੀਂ ਬਣਾਇਆ ਉਹ ਸੈ ਭੰਗ ਉਹ ਸੁਤੇ ਪ੍ਰਕਾਸ਼ ਜਿਨ ਨੂੰ ਵਿਦਵਾਨ ਇਹ ਵੀ ਕਹਿੰਦੇ ਸੰਭੋ ਸੁਤੇ ਪ੍ਰਕਾਸ਼ ਆਪਣੇ ਆਪ ਤੋਂ ਉਹ ਆਪਣੇ ਆਪ ਪ੍ਰਕਾਸ਼ਵਾਨ ਨੇ ਉਹਨੂੰ ਕੋਈ ਬਣਾਉਣ ਵਾਲਾ ਨਹੀਂ ਉਹ ਇੱਕ ਸਭਨਾਂ ਨੂੰ ਬਣਾਉਣ ਵਾਲਾ ਹੈ ਇੱਕ ਪਰਮਾਤਮਾ ਹੈ ਤੇ ਜਦੋਂ ਬੰਤਰ ਬਣਾਉਂਦਾ ਓੰਕਾਰ ਓੰਕਾਰ ਦੇ ਦੁਆਰਾ ਸਭਨਾ ਦੀ ਉਤਪਤੀ ਕਰਦਾ ਏ ਓੰਕਾਰ ਬ੍ਰਹਮਾ ਉਤਪਤ ਓੰਕਾਰ ਕੀਆ ਜਨ ਚਿਤ ਓੰਕਾਰ ਦੇ ਦੁਆਰਾ ਸਭਨਾ ਦਾ ਪ੍ਰਕਾਸ਼ ਕਰਦਾ ਏ ਓ ਇਕ ਓੰਕਾਰ ਪਰਮਾਤਮਾ ਉਹ ਪਰਿਪੂਰਨ ਪਰਮਾਤਮਾ ਸੰਖੇਪ ਰੂਪ ਚ ਦੀ ਵਿਚਾਰ ਵਿਦਵਾਨ ਮਹাপুরਸ਼ਾਂ ਨੇ ਬੜੀ ਲੰਬੀ ਇਕ ਓੰਕਾਰ ਦੀ ਵਿਚਾਰ ਦਿੱਤੀ ਹੋਈ ਹੈ ਪਰੀਪੂਰਨ ਪਰਮਾਤਮਾ ਦੇ ਡੈ ਸੰਸਾਰ ਚੱਲਣ ਵਾਲਾ ਹੈ ਚਲਾਈ ਮਾਨੇ ਨਾਸ਼ਵਾਨੇ ਇਹਦੀ ਹਸਤੀ ਕੋਈ ਨਹੀਂ ਹੁੰਦ ਕੋਈ ਨਹੀਂ ਇੱਕ ਪਾਸਿਓਂ ਆਂਦਾ ਹੈ ਦੂਜੇ ਪਾਸੇ ਨੂੰ ਤੁਰਾ ਜਾ ਰਿਹਾ ਹੈ ਇੱਕ ਪਾਸੇ ਬਚਪਨਾ ਜਨਮ ਬੱਚਾ ਲੈਂਦਾ ਦੂਜੇ ਪਾਸੇ ਜਵਾਨ ਹੁੰਦਾ ਜਾ ਰਿਹਾ ਬਚਪਨਾ ਖਤਮ ਫਿਰ ਜਵਾਨ ਹੋ ਗਿਆ ਹੈ ਵੱਡਾ ਪੇਵਲ ਨੂੰ ਚੱਲ ਪਿਆ ਜਵਾਨੀ ਖਤਮ ਵਡਾਪਾ ਆ ਗਿਆ ਹੈ ਮੌਤ ਦੇ ਨੇੜੇ ਹੋ ਗਿਆ ਹੁਣ ਮੌਤ ਪਤਾ ਨਹੀਂ ਕਦੋਂ ਆਦਾਵੇ ਤੇ ਵਡਾਪੇ ਚ ਜ਼ਿੰਦਗੀ ਖਤਮ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪਰਮਾਤਮਾ ਦਾ ਕਦੇ ਨਾਸ਼ ਨਹੀਂ ਹੁੰਦਾ ਉਹ ਸਤ ਸਰੂਪ ਹੈ ਘਸਤੀ ਹੋਣਦ ਵਾਲਾ ਹੈ ਉਹਦੇ ਤੇ ਜਵਾਨੀ ਬਚਪਨਾ ਵੱਡੇਪਾ ਨਹੀਂ ਆਂਦਾ ਉਹ ਇਨਾਂ ਤੋਂ ਬਾਅਦ ਉਹ ਤ੍ਰਕਾਲ ਆਬਾਦ ਸਰੂਪ ਹੈ ਉਹਦਾ ਨਾਸ਼ ਕਦੇ ਨਹੀਂ ਹੁੰਦਾ ਨਾਸ਼ਵਾਨ ਲੋਕਾਈਏ ਉਹਦੀ ਬੰਤਰ ਬਣੀ ਹੋਈ ਨਾਸ਼ਵਾਨ ਨੇ ਤਰੇਂਗਾ ਤੂੰ ਤੂੰ ਉਸ ਵੇਲੇ ਜਦੋਂ ਇਸ ਇੱਕ ਨਾਲ ਜੁੜੇਗਾ ਗੁਰ ਚੇਤਨ ਸਰੂਪਯੋ ਦਾ ਚਿੰਤਨ ਕਰ ਸਿਮਰਨ ਕਰ ਗੋ ਮੈਨੇ ਅੰਧਕਾਰ ਹੁੰਦਾ ਹੈ ਰੂ ਮੈਨੇ ਪ੍ਰਕਾਸ਼ ਹੁੰਦਾ ਹੈ ਉਹਦਾ ਚਿੰਤਨ ਕਰੇਗਾ ਜਿੱਥੇ ਤੇਰੇ ਅੰਦਰ ਦਿਲ ਅੰਧਿਆਰੀ ਰਾਤ ਹੈ ਨਾ ਉਥੇ ਪ੍ਰਕਾਸ਼ ਹੋਵੇਗਾ ਜਿੱਥੇ ਮਹਾਰਾਜ ਕਹਿੰਦੇ ਨਾ ਬਾਹਰ ਦਿਸੇ ਚੰਨ ਨਾ ਆਪਾਂ ਨੂੰ ਬਾਹਰ ਚਾਨਣ ਨਾ ਦਿਸਦਾ ਪਰ ਦਿਲ ਅੰਧਿਆਰੀ ਰਾਤ ਆਪਣੀ ਕਿਸੇ ਦੀ ਵੀ ਨਦਰ ਆਪਣੇ ਅੰਦਰ ਨਹੀਂ ਹੈ ਮਹਾਰਾਜ ਕਹਿੰਦੇ ਅੰਦਰ ਨਦਰ ਵੀ ਜਾਏਗੀ ਅੰਦਰ ਤੈਨੂੰ ਦਿਸੇਗਾ ਵੀ ਕੀ ਕੁਝ ਤੇ ਜੋ ਕੁਝ ਆਪਾਂ ਨੂੰ ਦਿਸੇ ਆਪਣੇ ਤਨ ਤੇ ਵਸਤਰਾਂ ਤੇ ਇਹ ਮਾੜਾ ਹੈ ਆਪਾਂ ਨੂੰ ਪਰੇ ਕਰਦੇ ਹਾਂ ਦਾਗ ਲੱਗਾਏ ਬਸਤਰ ਨੂੰ ਲੱਗਾਏ ਤਨ ਨੂੰ ਲੱਗਾਏ ਉਹਨੂੰ ਮਟਾਉਣ ਦਾ ਯਤਨ ਕਰਦੇ ਜਦੋਂ ਅਪਨੰਤਿਸ਼ ਕਰਨਾ ਆਪਣਾ ਅੰਦਰ ਆਪਾਂ ਨੂੰ ਖੁਦ ਦਿਸਣ ਲੱਗ ਪਿਆ ਤੇ ਜੀਵ ਉਹਨਾਂ ਦਾਗਾਂ ਨੂੰ ਉਹਨਾਂ ਦੋਸ਼ਾਂ ਨੂੰ ਉਹਨਾਂ ਬਦਫੈਲੀਆਂ ਨੂੰ ਵਹਿਮਾਂ ਨੂੰ ਪਰਮਾਂ ਨੂੰ ਮਟਾਣਾ ਆਰੰਭ ਕਰ ਦੇਗਾ ਕਿਉਂ ਨਹੀਂ ਮਟਾਰਿਆ ਅਜੇ ਨੂੰ ਨਦਰ ਨਹੀਂ ਆ ਰਿਹਾ ਆਪਾ ਜੀਵਨ ਸ્વੈ ਰੂਪ ਨਦਰ ਨਹੀਂ ਆ ਰਿਹਾ ਤਾਂ ਨਹੀਂ ਮਟਾਰਿਆ ਮਹਾਰਾਜ ਕਹਿੰਦੇ ਉਹ ਗੁਰਚੇਤਨ ਸਰੂਪ ਹੈ ਵਿਦਵਾਨਾਂ ਨੇ ਇਹ ਵੀ ਮੰਨਿਆ ਕਿ ਗੁਰੂ ਸ਼ਬਦ ਜਿਹੜਾ ਗ੍ਰਿ ਤਾਤੂ ਤੋਂ ਐਗਰੀਮੈਂਟ ਹੁੰਦਾ ਹੈ ਨਿਗਲਣਾ ਗੁਰੂ ਉਹ ਆ ਜਿਹੜਾ ਸਿੱਖ ਦੇ ਅਗਿਆਨ ਨੂੰ ਨਿਗਲੇ ਨਸ਼ਟ ਕਰੇ ਤੇ ਉਹਦੇ ਅੰਦਰ ਰੂਪ ਪ੍ਰਕਾਸ਼ ਕਰ ਦੇਵੇ ਪ੍ਰਕਾਸ਼ ਹੀ ਪ੍ਰਕਾਸ਼ ਹੋਵੇ ਅੰਧਕਾਰ ਨਾ ਹੋਵੇ ਪਟਕੇਗਾ ਨਹੀਂ ਉਹ ਚੇਤਨ ਸਰੂਪ ਇਹਦਾ ਚਿੰਤਨ ਕਰ ਜਦੋਂ ਚਿੰਤਨ ਕਰੇਗਾ ਸਿਮਰਨ ਕਰੇਗਾ ਚਿੰਤਾ ਨਾ ਕਰ ਚਿੰਤਾ ਮਾੜੀ ਆ ਦੁੱਖ ਹੈ ਚਿੰਤਨ ਕਰ ਸਿਮਰਨ ਜਦੋਂ ਸਿਮਰਨ ਕਰੇਗਾ ਮਹਾਰਾਜ ਸਾਹਿਬ ਕਹਿੰਦੇ ਫਿਰ ਪ੍ਰਸਾਦ ਉਹ ਆਨੰਦ ਸਰੂਪ ਹੈ ਖੁਸ਼ੀਆਂ ਦਾ ਘਰ ਹੈ ਮੁਜਾਸ਼ਮਾ ਹੈ ਜਿਹੜਾ ਚਿੰਤਨ ਕਰੇਗਾ ਉਹਦਾ ਜੀਵਨ ਆਨੰਦ ਸਰੂਪ ਹੋ ਜਾਏਗਾ ਐਸਾ ਪਰਮਾਤਮਾ ਜਿਹੜਾ ਐਸੇ લક્ષਾਂ ਵਾਲਾ ਪਰਮਾਤਮਾ ਜਿਹੜਾ ਐਸਾ ਮੰਗਲਕਾਰੀ ਪਰਮਾਤਮਾ ਜਿਹੜਾ ਜਿਹੜਾ ਸਮੂਹ ਮੰਗਲਾਂ ਦਾ ਮੂਲ ਰੂਪ ਹੈ ਖੁਸ਼ੀਆਂ ਦਾ ਮੂਲ ਰੂਪ ਹੈ ਉਹ ਪਰਮਾਤਮਾ ਮਿਲਦਾ ਕਿਵੇਂ ਹੈ ਮਹਾਰਾਜ ਕਹਿੰਦੇ ਆਪਣੀ ਅਕਲ ਨਾਲ ਨਹੀਂ ਆਪਣੀ ਪਕੜ ਨਾਲ ਨਹੀਂ ਆਪਣੀ ਸੋਚ ਸਮਝ ਨਾਲ ਨਹੀਂ ਸਜਨਾ ਗੁਰੂ ਦੇ ਹਜ਼ੂਰ ਜੋਦੜੀ ਕਰ ਉਹਦੀ ਕਿਰਪਾ ਮੰਗ ਉਹਦੀ ਕਿਰਪਾ ਮੰਗ ਮਲਾਪ ਉਦੋਂ ਆਏਗਾ ਜਦੋਂ ਉਹ ਕਿਰਪਾ ਕਰਕੇ ਤੈਨੂੰ ਆਪਣੇ ਨਾਲ ਮਲਾਏਗਾ ਉਦੋਂ ਉਹਨੂੰ ਮਿਲੇਗਾ ਉਹਦੇ ਘਰ ਵਿੱਚ ਨਿਵਾਸ ਤਾਂ ਹੋਵੇਗਾ ਜਦੋਂ ਉਹ ਨਿਵਾਸ ਦੇਵੇਗਾ ਕਿ ਆਜਾ ਅੰਦਰ ਨੰਗਿਆ ਆਜਾ ਬਹਿ ਜਾ ਮੇਰੇ ਕੋਲ ਉਦੋਂ ਬੈਠੇਗਾ ਉਹਨਾਂ ਚਿਰ ਨਹੀਂ ਕੋਈ ਵਾਅਦਾ ਮਾਰੀ ਦੇ ਗਲੀ ਚ ਖਲਾ ਰੌਲਾ ਪੈ ਜਾਵੇ ਜਿੰਨਾ ਚਿਰ ਉਹਨੂੰ ਮਿਲਣ ਦਾ ਟਾਈਮ ਨਹੀਂ ਦਿੱਤਾ ਜਾਂਦਾ ਜਿੰਨਾ ਚਿਰ ਉਸ ਨੂੰ ਅੰਦਰ ਬੁਲਾਇਆ ਨਹੀਂ ਦਾ ਸਕਦਾ ਨਹੀਂ ਆ ਸਕਦਾ ਮਹਾਰਾਜ ਕਹਿੰਦੇ ਗੁਰੂ ਬਹੁਤ ਵੱਡਾ ਹੈ ਇਹ ਤੈਨੂੰ ਬੁਲਾਵੇਗਾ ਜਦੋਂ ਬੁਲਾਵੇਗਾ ਫਿਰ ਆਪਣੇ ਕੋਲ ਬਿਠਾਵੇਗਾ ਕੇਵਲ ਕੋਲ ਹੀ ਨਹੀਂ ਆਪਣੇ ਸੰਗਤ ਸੰਤੇ ਬਿਠਾਵੇਗਾ ਫਿਰ ਜੀਵ ਜੀਵ ਨਹੀਂ ਰਹਿ ਜਾਂਦਾ ਫਿਰ ਪਰਮਾਤਮਾ ਦਾ ਰੂਪ ਹੋ ਜਾਵੇਗਾ ਮਹਾਰਾਜ ਸੱਚੇ ਪਦਸ਼ਾਹ ਕਹਿੰਦੇ ਨੇ ਉਹਦੀ ਕਿਰਪਾ ਮੰਗ ਮਿਲਾਪ ਉਹਦੀ ਕਿਰਪਾ ਨਾਲੀ ਸਤਿਗੁਰ ਪ੍ਰਸਾਦ ਉਹ ਸੱਚੇ ਗੁਰੂ ਦਾ ਮਿਲਾਪ ਸੱਚੇ ਗੁਰੂ ਦੀ ਹੀ ਕਿਰਪਾ ਨਾਲੇ ਅਵੇਦ ਉਹ ਹੁੰਦਾ ਜਿਹਦੇ ਤੇ ਉਹਦੀ ਕਿਰਪਾ ਹੁੰਦੀ ਇਸ ਕਰਕੇ ਕਿਰਪਾ ਮੰਗ ਕੇ ਮਹਾਰਾਜ ਮੇਰੇ ਤੇ ਕਿਰਪਾ ਕਰੋ ਮੇਰ ਵਰਸਾਓ ਗੁਰ ਕਿਰਪਾ ਜਿਹ ਨਰਕੋ ਕੀਨੀ ਤਿਹ ਇਹ ਜੁਗਤ ਪਛਾਨੀ ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਨੀ ਸੰਗ ਪਾਨੀ ਹੁਣ ਪਾਨੀ ਦੀ ਤਰ੍ਹਾਂ ਮਿਲਿਆ ਕੌਣ ਜਿਹਦੇ ਤੇ ਕਿਰਪਾ ਹੋਈ ਇਸ ਕਰਕੇ ਮਿਲਣਾ ਹੈ ਮਾਲਕ ਨਾਲ ਉਹਦਾ ਰੂਪ ਹੋਣਾ ਹੈ ਤੇ ਉਹਦੀ ਕਿਰਪਾ ਮੰਗੀ ਹੈ ਉਹਦੀ ਕਿਰਪਾ ਖੈਰ ਸੰਖੇਪ ਕਰਾਂ ਮੈਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹ ਪ੍ਰਭੂ ਕਿਰਪਾ ਕਰਦਾ ਹੈ ਕਿਰਪਾ ਕਿੰਨਾ ਤੇ ਹੁੰਦੀ ਹੈ ਜਿਹੜੇ ਉਹਨੂੰ ਧਿਆਉਂਦੇ ਨੇ ਉਹਦਾ ਚਿੰਤਨ ਕਰਦੇ ਨੇ ਜਿਹੜੇ ਚਿੰਤਨ ਕਰਦੇ ਨੇ ਉਹ ਪ੍ਰਭੂ ਦਾ ਧਿਆਨ ਧਰਦੇ ਨੇ ਪ੍ਰਭੂ ਦਾ ਧਿਆਨ ਕਰਦੇ ਨੇ ਉਹਨੂੰ ਚਿੱਤ ਵਿਧਿਆ ਯਾਦ ਕਰਦੇ ਨੇ ਤੇ ਪ੍ਰਭੂ ਦੀ ਨਦਰ ਉਹਨਾਂ ਤੇ ਹੁੰਦੀ ਹੈ ਮਹਾਰਾਜ ਗੁਰੂ ਅਮਰਦਾਸ ਸਾਹਿਬ ਕਹਿੰਦੇ ਦਾਤਾ ਤੂੰ ਆਪਣੇ ਪਿਆਰਿਆਂ ਦੀ ਰੱਖਦਾ ਹੈ ਪੈਜ ਰੱਖਦਾ ਹੈ ਭਗਤਾਂ ਦੀ ਇਸ ਕਰਕੇ ਕਹਿੰਦੇ ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਓ ਤੁਰ ਤੂੰ ਰੱਖਦਾ ਆ ਮਹਾਰਾਜ ਤੂੰ ਆਪਣੇ ਭਗਤਾਂ ਦੀ ਰਖਵਾਲੀ ਕਰਦਾ ਹੈ ਉਹਨਾਂ ਦੀ ਰਕਸ਼ਾ ਕਰਦਾ ਹੈ ਉਹਨਾਂ ਦੀ ਮਦਦ ਕਰਦਾ ਹੈ ਤੇ ਮੇਰੇ ਵੈ ਗੁਰੂ ਜੀ ਆਪਣੇ ਪਿਆਰੀ ਸੇਵਕਾਂ ਦੀ ਮਦਦ ਕਰਦਾ ਉਹਨਾਂ ਦੇ ਅੰਦਰ ਜਿਹੜਾ ਭੈ ਡਰੇ ਸੰਸਾਰ ਦਾ ਗਤ ਉਹਨੂੰ ਨਾਸ਼ ਕਰ ਦੇਣਾ ਉਸ ਸੰਸਾਰ ਤੋਂ ਨਹੀਂ ਡਰਦੇ ਕਿ ਮੈਨੂੰ ਫੁਲਾਣਾ ਦੇਖਦਾ ਉਹ ਕੀ ਕਹੇਗਾ ਫੁਲਾਣਾ ਕੀ ਕਹੇਗਾ ਕਹਿੰਦੇ ਨਹੀਂ ਮੈਨੂੰ ਇਹਨਾਂ ਦਾ ਕੋਈ ਨਹੀਂ ਭਾਵੇਂ ਕੋਈ ਭਲਾ ਕਹੋ ਬੁਰਾ ਕਹੋ ਜੋ ਮਰਜ਼ੀ ਆਖੀ ਜਾਓ ਮੇਰਾ ਮਤਲਬ ਏ ਉਹ ਡਰਦਾ ਹੈ ਪਰਮਾਤਮਾ ਤੋਂ ਪਰਮਾਤਮਾ ਤੋਂ ਨਾ ਕੋਈ ਗੁਸਤਾਖੀ ਇਧਰੋਂ ਨਾ ਕਰਵਾ ਸੰਸਾਰ ਤਦ ਜਿਹੜਾ ਵੱਡੇ ਆਉਂਦਾ ਹੈ ਨਾ ਇਹੀ ਜਿਹੜਾ ਮੁੜ ਕੇ ਤੱਜੀਆਂ ਉਡਾਉਂਦਾ ਹੈ ਜਿਹੜਾ ਅੱਜ ਵੱਡੇ ਆਉਂਦਾ ਹੈ ਜਿਹੜਾ ਅੱਜ ਤਖੱਲਸ ਦਿੰਦਾ ਹੈ ਨਾ ਇਹ ਕਲ ਖੋ ਵੀ ਸਕਦਾ ਹੈ ਜਿਹਨੂੰ ਪਰਮਾਤਮਾ ਨੇ ਬਖਸ਼ਿਸ਼ ਕਰ ਦਿੱਤੀ ਉਹ ਤੋਂ ਕੋਈ ਕੁਝ ਖੋ ਨਹੀਂ ਸਕਦਾ ਵੈਗੁਰੂ ਤੂੰ ਭਗਤਾਂ ਦੀ ਸਦਾ ਰੱਖਦਾ ਮਹਾਰਾਜ ਤੂੰ ਹਮੇਸ਼ਾ ਰੱਖਦਾ ਏ ਔਰ ਵੈਗੁਰੂ ਔਰ ਜਦੋਂ ਤੂੰ ਕਿਰਪਾ ਕਰਦਾ ਹੈ ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਉ ਧੁਰ ਤੂੰ ਰੱਖਦਾ ਆਇਆ ਆਦ ਕਾਲ ਤੋਂ ਜੁਗਾ ਜੁਗੰਤਰਾਂ ਤੋਂ ਉਹਨਾਂ ਪਿਆਰੇ ਸੇਵਕਾਂ ਦੀ ਪ੍ਰੇਮੀਆਂ ਦੀ ਪ੍ਰੀਤਵਾਨਾਂ ਦੀ ਰੱਖਿਆ ਕਰਦਾ ਆਏ ਉਹ ਨਿਰਪਉ ਜਪੈ ਸਗਲ ਪਉ ਮਿਟੈ ਪ੍ਰਭ ਕਿਰਪਾ ਤੇ ਪ੍ਰਾਨੀ ਛੁਟੈ ਤੂ ਨਾ ਭਗਤਾਂ ਦੀ ਰੱਖਦਾ ਹੈ ਭਗਤਾਂ ਤੇ ਜਦੋਂ ਕਿਦੇ ਆਕੇ ਬਿਪਤਾ ਦਾ ਸਮਾਂ ਬਣਦਾ ਹੈ ਭਗਤ ਆਰਾਧਦੇ ਨੇ ਤੇ ਪ੍ਰਭੂ ਸੁਣਦਾ ਵੀ ਹੈ ਭਗਤ ਮੁਖੇ ਤੇ ਬੋਲਦੇ ਸੇ ਬਚਨ ਹੋਵੰਦੇ ਜੋ ਭਗਤ ਮੁਖ ਤੋਂ ਬੋਲਦੇ ਨੇ ਉਹ ਪੂਰੇ ਹੋ ਜਾਂਦੇ ਨੇ ਉਹ ਪੂਰੇ ਹੋ ਜਾਂਦੇ ਆ ਤੇ ਭਗਤ ਨਾਮ ਦੇ ਜੀ ਨੂੰ ਕਹਿੰਦੇ ਵੀ ਪਕੜ ਲਿਆ ਬਾਦਸ਼ਾਹ ਨੇ ਕਹਿੰਦਾ ਵੀ ਗਾਂਜ ਦੀ ਹੋਂਦੀ ਕਰਦੇ ਆ ਕਹਿੰਦਾ ਵੀ ਇਹ ਨਹੀਂ ਹੋਣਾ ਇਹ ਪਰਮਾਤਮਾ ਦਾ ਹੈ ਉਹ ਚਾਹੇ ਜਿੰਦਾ ਕਰੇ ਉਹ ਚਾਹੇ ਮਰਦਾ ਕਰੇ ਉਹਨਾਂ ਕਿਹਾ ਵੀ ਫਿਰ ਤੈਨੂੰ ਮਾਰ ਦਿੱਤਾ ਜਾਵੇਗਾ ਖਤਮ ਕਰ ਦੇਾਂਗੇ ਤੇ ਉਸ ਵੇਲੇ ਭਗਤ ਜੀ ਨੇ ਪ੍ਰਭੂ ਦਾ ਅਰਾਧਨ ਕੀਤਾ ਡਰਦਿਆਂ ਨਹੀਂ ਭੈ ਵਿੱਚ ਨਹੀਂ ਭੈ ਵਿੱਚ ਨਹੀਂ ਪਰਮਾਤਮਾ ਦੇ ਪ੍ਰੇਮ ਵਿੱਚ ਤੇ ਪਰਮਾਤਮਾ ਨੇ ਦੇਖਿਆ ਕਿਉਂ ਭਗਤ ਦੀ ਆਤ ਆਈਏ ਤੇ ਜਦੋਂ ਇਸ ਤਰ੍ਹਾਂ ਹੋਇਆ ਫਿਰ ਕਹਿੰਦੇ ਪਰਮਾਤਮਾ ਆਪ ਆਇਆ ਆ ਕੇ ਆਪਣੇ ਪਿਆਰੇ ਨੂੰ ਪੁੱਛਦਾ ਹੈ ਉਹਦੇ ਨਾਲ ਗੱਲਾਂ ਕਰਦਾ ਹੈ ਕਿ ਤੇਨੂੰ ਦੁੱਖ ਦੇ ਰੈ ਤੁਸ਼ਦਤ ਕਰ ਰੈ ਮਹਾਰਾਜ ਨੇ ਭਗਤ ਜੀ ਨੇ ਬਾਣੀ ਅੰਦਰ ਉਹ ਬਚਨ ਲਿਖੇ ਪ੍ਰਭੂ ਆਇਆ ਤੇ ਆ ਕੇ ਕੀ ਬਚਨ ਕਰਦਾ ਹੈ ਆਪਣੇ ਪਿਆਰੇ ਦੇ ਨਾਲ ਕਹਿੰਦਾ ਕਹ ਹੈ ਤਾ ਧਰਨ ਇਹ ਕੋਡੀ ਕਰੂੰ ਕਹ ਨਾਮ ਧਰਤੀ ਪੁੱਠੀ ਕਰਦੇ ਆ ਇਹ ਧਰਤੀ ਦੇ ਉੱਪਰ ਪਾਪੀ ਲੋਕ ਜਿਹੜੇ ਆ ਤੇਰੇ ਵਰਗੇ ਬੰਦਗੀ ਵਾਲਿਆਂ ਨੂੰ ਦੁੱਖ ਦਿੰਦੇ ਕਹ ਤਾ ਧਰਨ ਇਹ ਕੋਡੀ ਕਰੂੰ ਕਹ ਤਾ ਲੈਕਰ ਉੱਪਰ ਧਰੂੰ ਕਹ ਤਾ ਮੋਈ ਗਉ ਦੇਉ ਜੀ ਆਏ ਜੇ ਤੂੰ ਕਹ ਨਾਮ ਦੇਵ ਤੇ ਮੈਂ ਮੋਈ ਗਊ ਜਿੰਦਾ ਕਰ ਦੇਣਾ ਸਭ ਕੋ ਦੇਖੇ ਪਤਿਆਏ ਜਦੋਂ ਗਾਂ ਜਿੰਦਾ ਹੋ ਗਈ ਤੇ ਸਾਰੇ ਦੇਖ ਲੈਣਗੇ ਵੀ ਭਗਤ ਦੇ ਕਰਨੀ ਹੈ ਬਾਲੇ ਨੇ ਕਿਆ ਭਗਵਾਨ ਜੋ ਤੈਨੂੰ ਚਾਹੁੰਦਾ ਹੈ ਮੈਂ ਨਹੀਂ ਕਹਿੰਦਾ ਉਹ ਫਿਰ ਕਹਿੰਦੇ ਜੀ ਗਊ ਜਿੰਦਾ ਹੋਈ ਬਾਦਸ਼ਾਹ ਤੱਕ ਖਬਰਾਂ ਗਈਆਂ ਬਾਦਸ਼ਾਹ ਨੇ ਚਰਨ ਫੜੇ ਤੇ ਬਾਦਸ਼ਾਹ ਕਹਿੰਦਾ ਵੀ ਮੇਰੇ ਤੋਂ ਗੁਸਤਾਖੀ ਹੋ ਗਈ ਉਹਨੂੰ ਕੀ ਕਿਹਾ ਉਹਨੂੰ ਇਹ ਨਹੀਂ ਕਿਹਾ ਵੀ ਤੈਨੂੰ ਮਾਰ ਦੇਾਂਗੇ ਭਗਤ ਦੇ ਰੱਬ ਦੇ ਪਿਆਰੇ ਦੇ ਮਨ ਵਿੱਚ ਵੈਰ ਨਹੀਂ ਉਹਦੇ ਅੰਦਰ ਇਹਨੂੰ ਮਾਰਗ ਦਿਖਾਉਣਾ ਹੈ ਉਹਨੂੰ ਕਿਹਾ ਤੂੰ ਰਾਜਾ ਸੱਚ ਦਾ ਨਿਆ ਕਰਿਆ ਕਰ ਸੱਚ ਦੇ ਮਾਰਗ ਤੇ ਚੱਲ ਸੱਚ ਦੇ ਰਾਹ ਤੇ ਪਰਜਾ ਨੋ ਟੋਰ ਕਹਿੰਦੇ ਭਗਤ ਬਾਣੀ ਪੜਿਆ ਜੀ ਸੰਖੇਪ ਕਰਾਂ ਮਹਾਰਾਜ ਕਹਿੰਦੇ ਭਗਤਾਂ ਦੀ ਤੂੰ ਰੱਖਦਾ ਹੈ ਭਗਤਾਂ ਦੀ ਰਖਵਾਲੀ ਕਰਦਾ ਹੈ ਤੇ ਧੁਰ ਤੋਂ ਹੀ ਰੱਖਦਾ ਆ ਆਦ ਕਾਲ ਤੋਂ ਹੀ ਜੁਗਾਂ ਜੁਗੰਤਰਾਂ ਤੋਂ ਹੀ ਉਨ੍ਹਾਂ ਦੀ ਰੱਖਿਆ ਕਰਦਾ ਆ ਇਹ ਨਹੀਂ ਕਿ ਅੱਜ ਤੂੰ ਰੱਖਦਾ ਤੇ ਕੱਲ ਨਹੀਂ ਸੈਂ ਰੱਖਦਾ ਮਹਾਰਾਜ ਤੂੰ ਰਖਵਾਲੀ ਕਰਦਾ ਆ ਮੇਰੇ ਵੈਗਰੂ ਮੁੱਢ ਤੋਂ ਮੁੱਢ ਕਦੀਮੀ ਤੋਂ ਤੇਰਾ ਇਹ ਧਰਮ ਏ ਕਿ ਜਿਹੜੇ ਵੀ ਜਪਦੇ ਨੇ ਭਗਤੀ ਕਰਦੇ ਨੇ ਉਹਨਾਂ ਦੇ ਅੰਦਰ ਦਾ ਪਹਿਲਾਂ ਤਾਂ ਭੈ ਮਟਾਉਣਾ ਓ ਭੈ ਕਾਹੂ ਕੋ ਦੇਤ ਨਹਿ ਨਹਿ ਭੈ ਮਾਨਤ ਆਨ ਜਿਹੜਾ ਭਗਤੀ ਕਰਨ ਵਾਲਾ ਗੁਰਸਿੱਖ ਪਿਆਰਾ ਹੈ ਨਾ ਉਹ ਕਿਸੇ ਨੂੰ ਪਹਿਲੀ ਗੱਲ